कैबिनेट मंत्री पंजाब लाल चंद कटारूचक गुरदासपुर पहुंचे, जहां उन्होंने खाद आपूर्ति और मंडी बोर्ड के अधिकारियों के साथ बैठक की और पंजाब में गेहूं सीजन के लिए पुख्ता इंतजाम करने के आदेश जारी किए। पेंशन पर बोलते हुए पूर्व मंत्री ने मास्टर मोहन लाल को सलाह दी कि पंजाब के हितों के बारे में सोचने के लिए और पेट्रोल की बढ़ती कीमतों के लिए केंद्र सरकार को दोषी ठहराते हुए कहते हैं कि केंद्र सरकार का विरोध करते हैं। गुरदासपुर से बबलू की रिपोर्ट। ਅਸੀਂ ਕੁਝ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੂਡਮੈਪ ਬਣਾਇਆ ਪੰਜਾਬ ਦੇ ਲੋਕਾਂ ਨਾਲ, ਜਿਹੜੀਆਂ ਕਮਿਟਮੈਂਟਸ ਅਸੀਂ ਗਰੰਟੀਆਂ ਦੇ ਰੂਪ 'ਚ ਪੰਜਾਬ ਦੇ ਲੋਕਾਂ ਨਾਲ ਕਰਕੇ ਆਏ ਹਾਂ, ਉਹਨਾਂ ਦੇ ਉੱਤੇ ਇਸ ਜ਼ਿਲ੍ਹੇ ਦੇ ਅੰਦਰ ਕਿੱਦਾਂ ਅਸੀਂ ਅਮਲ ਕਰਨਾ ਆ, ਲੋਕਾਂ ਨੂੰ ਇੱਕ ਬਿਹਤਰ ਪ੍ਰਸ਼ਾਸਨ, ਜਿਹੜਾ ਪ੍ਰਸ਼ਾਸਨ ਸਾਫ਼ ਸੁਥਰਾ ਵੀ ਹੋਵੇ ਔਰ ਲੋਕਾਂ ਦੇ ਅੰਦਰ ਸੇਵਾ ਭਾਵਨਾ ਵਾਲਾ ਜਿਹੜਾ ਜਜ਼ਬਾ ਰੱਖਦਾ ਹੋਵੇ, ਉਸ ਲਈ ਦੇ ਉੱਤੇ ਅਸੀਂ ਜਿਹੜਾ ਕੰਮ ਕਰਨ ਦਾ ਪਲੈਨ ਇੱਥੇ ਕੀਤਾ। ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ। ਸੋ ਅਸੀਂ ਉਹਨਾਂ ਦੇ ਖਰਾ ਉਤਰਨਾ ਔਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹਾ ਸਾਡਾ ਜਿਹੜਾ ਸਰਹੱਦੀ ਜ਼ਿਲ੍ਹਾ ਵੀ ਆ ਔਰ ਜਿਸ ਜ਼ਿਲ੍ਹੇ ਦੇ ਲੋਕਾਂ ਨੇ ਸਾਨੂੰ ਬਹੁਤ ਹੇਲ ਵੀ ਕੀਤਾ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ। ਸੋ ਇਸ ਕਰਕੇ ਅੱਜ ਕੁਝ ਪਲੈਨ ਕੀਤੇ ਅਸੀਂ ਇਸ ਜ਼ਿਲ੍ਹੇ ਦੇ ਨਾਲ ਸੰਬੰਧਿਤ। ਸੋ ਉਹ ਮੀਟਿੰਗ ਅਸੀਂ ਇੱਥੇ ਕਰਕੇ ਉੱਠੇ। ਇੱਕ ਤਾਂ ਸਾਡੇ ਸੀਜ਼ਨ ਆ ਰਿਹਾ ਜਿਹੜਾ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਹੋ ਰਹੀ ਆ, ਜ਼ਿਲ੍ਹੇ ਦੀਆਂ ਮੰਡੀਆਂ ਦੀ ਫੀਡਬੈਕ ਲਈ ਗਈ ਹੈ ਔਰ ਜਿਹੜਾ ਅੱਜ ਅਸੀਂ ਤੈਅ ਕੀਤਾ ਵੀ ਕਿਸਾਨ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਕਿਸੇ ਵੀ ਕੱਖ ਤੋਂ ਜਿਹੜੀ ਹੈ ਚਿੰਤਾ ਨਹੀਂ ਕਰਨੀ ਚਾਹੀਦੀ। ਉਹਨਾਂ ਦਾ ਇੱਕ ਇੱਕ ਦਾਣਾ ਮੰਡੀਆਂ ਦੇ ਵਿੱਚੋਂ ਅਸੀਂ ਖਰੀਦਾਂਗੇ। ਬਾਰਦਾਨੇ ਦੇ ਪ੍ਰਬੰਧ ਜਿਹੜੇ ਉਹ ਮੁਕੰਮਲ ਕਰ ਲਏ ਗਏ ਆ, ਸਿੱਧੀ ਅਦਾਇਗੀ ਹੋਊਗੀ। ਸੋ ਇਹ ਕੁਝ ਪਲੈਨ ਕੀਤੇ, ਕੁਝ ਡਿਵੈਲਪਮੈਂਟ ਦੇ ਪਲੈਨ ਨੇ ਪਿੰਡਾਂ ਦੇ ਅੰਦਰ, ਜਿੱਥੇ ਕਿਤੇ ਕੋਈ ਗੰਦੇ ਪਾਣੀ ਦੀ ਨਿਕਾਸੀ ਦਾ ਸਵਾਲ ਹੈ, ਕੋਈ ਪਿੰਡ ਦੇ ਗਲੀਆਂ ਨਾਲੀਆਂ ਦਾ ਸਵਾਲ ਹੈ, ਹੋਰ ਵੀ ਬਹੁਤ ਸਾਰੇ ਪਲੈਨ ਜਿਹੜੇ ਆ ਜਿਹੜੇ ਪੰਜਾਬ ਦੀ ਸਰਕਾਰ ਨੇ ਜਿਹੜੇ ਲਾਗੂ ਕਰਨੇ ਆ, ਉਹ ਅਸੀਂ ਜ਼ਿਲ੍ਹੇ ਦੇ ਅੰਦਰ ਇਮਾਨਦਾਰ ਨਾਲ ਕਰੀਏ। ਅਸੀਂ ਜਿਹੜਾ ਆ ਅੱਜ ਅਸੀਂ ਮੀਟਿੰਗ ਤੈਅ ਕੀਤਾ ਨਹੀਂ, ਅਸੀਂ ਉਹਦੀ ਸਟੱਡੀ ਕਰ ਰਹੇ ਹਾਂ। ਬਹੁਤ ਕੁਝ ਐਸਾ ਹੋਇਆ ਹੈ ਜਿਹੜਾ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਔਰ ਪੰਜਾਬ ਦੇ ਅੰਦਰ, ਕਿਉਂਕਿ ਲੋਕਾਂ ਨਾਲ ਅਸੀਂ ਵਾਅਦਾ ਕਰਕੇ ਆਏ ਹਾਂ ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਦੇਵਾਂਗੇ। ਤਿੰਨ ਗੱਲਾਂ ਸਾਡੀ ਸਰਕਾਰ ਦਾ ਜਿਹੜਾ ਇੰਟਰਨਲ ਏਜੰਡਾ ਆ ਉਹ ਪੰਜਾਬ ਦੇ ਲੋਕਾਂ ਨਾਲ ਅਸੀਂ ਸਾਂਝਾ ਕਰ ਦਿੱਤਾ। ਤਿੰਨ ਗੱਲਾਂ ਅਸੀਂ ਲਾਗੂ ਕਰਕੇ ਆਏ ਹਾਂ। ਪਹਿਲੀ ਗੱਲ ਤਾਂ ਪੰਜਾਬ ਦੇ ਅੰਦਰ ਜਿਹੜਾ ਮਾਲਵੇ ਦੇ ਖੇਤਰ ਦੇ ਨਰਮਾ ਪੱਟੀ ਦੇ ਕਿਸਾਨ ਹੈ, ਜਿਨ੍ਹਾਂ ਦੀ ਨਰਮਾ ਆ ਪਿਛਲੀ ਸਰਕਾਰ ਦੀ ਜਿਹੜਾ ਟਰਨ 'ਚ ਜਿਹੜਾ ਟਨਿਓਰ 'ਚ ਖਰਾਬ ਹੋਇਆ ਸੀਗਾ ਪਰ ਮੁਆਵਜ਼ਾ ਨਹੀਂ ਸੀ ਮਿਲਿਆ, ਝੂਠੇ ਬੋਰਡ ਲਵਾ ਕੇ ਅਤੇ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ। 101 ਕਰੋੜ ਰੁਪਈਆ ਜਾਰੀ ਕਰਕੇ ਉਹਨਾਂ ਦੇ ਪੰਜਾਬ ਦੀ ਸਰਕਾਰ ਨੇ ਉਹਨਾਂ ਦੇ ਜਿਹੜੇ ਆ ਉਹ ਜ਼ਖਮਾਂ 'ਤੇ ਮਲਮ ਲਾਈ ਹੈ। ਇਸ ਤੋਂ ਇਲਾਵਾ 25,000 ਅਸਾਮੀਆਂ ਪੰਜਾਬ ਦੇ ਅੰਦਰ ਜਿਹੜੀਆਂ ਵੱਖ ਵੱਖ ਮਹਿਕਮੇ 'ਚ ਖਾਲੀ ਪਈਆਂ ਨੇ, ਵਿਦਇਨ 2 ਮੰਥ ਜਿਹੜਾ ਆ ਉਹਦੀ ਸਾਰਾ ਉਹਦਾ ਇਸ਼ਤਿਹਾਰ ਕਰਕੇ ਉਹਨੂੰ ਉਹਦਾ ਮਤਲਬ ਕੰਪਲੀਟ ਕਰਕੇ 2 ਮਹੀਨਿਆਂ ਦੇ ਅੰਦਰ ਅਸੀਂ 25,000 ਪੰਜਾਬ ਦੇ ਮੁੰਡਿਆਂ ਅਤੇ ਧੀਆਂ ਨੂੰ ਨੌਕਰੀਆਂ ਦਾ ਜਿਹੜਾ ਉਹ ਐਲਾਨ ਕਰਕੇ ਆਏ ਹਾਂ। ਕੈਬਨਿਟ ਦੇ ਅੰਦਰ ਫੈਸਲਾ ਕੀਤਾ। ਮਾਸਟਰ ਮੋਹਲਾ ਨੇ ਇਤਰਾਜ਼ ਜਤਾਇਆ ਕਿ ਜਿਹੜੀ ਪੈਨਸ਼ਨ ਜਿਹੜੀ ਆ ਉਹ 15 ਕਰਜ਼ੇ ਦੀ ਖਰਚਾ ਨਹੀਂ ਪੂਰਾ ਹੁੰਦਾ ਹੈਗਾ ਉਹਦੇ ਖਾਸ ਆਪਾਂ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਤਾਂ ਅਪੀਲ ਕਰਦੇ ਹਾਂ ਐਸੇ ਸਿਆਸਤਦਾਨਾਂ ਨੂੰ, ਵੈਸੇ ਵੀ ਸਿਆਸਤਦਾਨਾਂ ਨੂੰ ਹੁਣ ਟ੍ਰੈਡੀਸ਼ਨ ਦੀਆਂ ਗੱਲਾਂ ਛੱਡਣੀਆਂ ਚਾਹੀਦੀਆਂ ਨੇ। ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ, ਤੁਸੀਂ ਇਹ ਅੰਦਾਜ਼ਾ ਕਰੋ ਵੀ 10,000 ਦੇ ਰੁਪਈਏ ਦੇ ਵਿੱਚ ਇੱਕ ਮੁਲਾਜ਼ਮ 8-8 ਸਾਲਾਂ ਦੇ ਮਤਲਬ ਡਿਊਟੀ ਨਿਭਾ ਰਿਹਾ, ਉਹਦਾ ਪਰਿਵਾਰ ਕਿੱਦਾਂ ਚੱਲਦਾ ਆ, ਉਹਦੇ ਬਾਰੇ ਸੋਚਣਾ ਚਾਹੀਦਾ। ਜੇ ਇੱਕ MLA ਦਾ ਇੱਕ ਸਾਬਕਾ ਵਿਧਾਇਕ ਦਾ 75,000 ਦੇ ਵਿੱਚ ਉਹ ਨਹੀਂ ਸਰਦਾ ਤਾਂ ਫਿਰ ਤਰਸੀ ਆਉਂਦਾ ਨਾ ਇਹੋ ਜਿਹੀ ਮਾਨਸਿਕਤਾ ਦੇ ਉੱਤੇ ਵੀ ਉਹਨੂੰ ਕੀ ਕਿਹਾ ਜਾ ਸਕਦਾ। ਮੈਂ ਉਹਨੂੰ ਅਪੀਲ ਕਰਦਾ ਉਹ ਪੰਜਾਬ ਦੇ ਹਿੱਤਾਂ ਬਾਰੇ ਸੋਚਣ। ਤੇਲ ਦੀਆਂ ਕੀਮਤਾਂ, ਡੀਜ਼ਲ ਪੈਟਰੋਲ ਦੀ ਗੱਲ ਕੀਤੀ, ਲਗਾਤਾਰ ਵੱਧਦਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਇਹ ਤਾਂ ਸੈਂਟਰ ਦਾ ਹੈਗਾ ਹੀ ਆ, ਅਸੀਂ ਤਾਂ ਵਿਰੋਧ ਕਰਦੇ ਹਾਂ ਇਹਦਾ। ਸਰਕਾਰ ਨੇ 3 ਮਹੀਨੇ ਦਾ ਅਲਟੀਮੇਟ ਦਾ ਪੰਜਾਬ ਸਰਕਾਰ ਨੂੰ, ਜਿਹੜੇ ਚਿੱਪ ਵਾਲੇ ਮੀਟਰ ਲਗਾਏ ਜਾ ਉੱਥੇ ਕੀ ਕਹਿਣਾ ਚਾਹੋਗੇ? ਮੇਰੇ ਨੋਟਿਸ 'ਚ ਨਹੀਂ ਹੈ, ਕੋਈ ਨਹੀਂ, ਆਪਾਂ ਸਟੱਡੀ ਕਰਾਂਗੇ।